ਕਹਿੰਦੇ ਨਹੀਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਨਜ਼ਰ ਪੱਥਰ ਨੂੰ ਵੀ ਫਾੜ ਦਿੰਦੀ। ਕੱਲ੍ਹ ਮੇਰੀ ਡੋਡੋ ਚੰਗੀ ਭਲੀ ਸੀਗੀ, ਰਾਤ ਨੂੰ ਇਹਨੇ ਦੁੱਧ ਵੀ ਪੀਤਾ, ਰੋਟੀ ਖਾਧੀ, ਫੀਡ ਖਾਧਾ, ਐਨ ਚੰਗੀ ਭਲੀ, ਕੋਈ ਦਿੱਕਤ ਨਹੀਂ, ਭੱਜ ਨੱਠ ਪੂਰੀ ਜੰਪੀਆਂ ਸਭ ਬਿਲਕੁਲ, ਬੱਚਿਆਂ ਨੂੰ ਬਿਲਕੁਲ ਵਧੀਆ ਫੀਡਿੰਗ ਕਰਾਈ ਇਹਨੇ। ਅਤੇ ਜਦ ਸਵੇਰੇ ਮੈਂ ਉੱਠਿਆ ਏ, ਮੈਂ ਦੇਖਿਆ ਏ ਡੋਡੋ ਨੂੰ, ਡੋਡੋ ਆਪਣਾ ਇਹਦੇ 'ਚ ਪੈਂਦੀ ਹੁੰਦੀ ਆ, ਮੈਂ ਆਪਣੇ ਪਿੰਜਰੇ 'ਚ ਰੱਖ ਲੈਂਦਾ ਮੈਂ ਰੂਮ 'ਚ ਹੀ ਆਪਣੇ, ਅਤੇ ਇਹਨੇ ਨਿਕਲਣਾ ਨਹੀਂ ਹੁੰਦਾ ਰਾਤ ਨੂੰ। ਜਦ ਮੈਂ ਸਵੇਰੇ ਉੱਠ ਕੇ ਦੇਖਿਆ ਤਾਂ ਡੋਡੋ ਦੇ ਆਹ ਚੀਜ਼ ਦੇਖੋ ਕਿੰਨੀ ਸਵੈਲਡ ਹੋ ਗਈ, ਇਹਦਾ ਇੱਕ ਆਹ ਇੰਨਾ ਸਵੈਲਡ ਹੋ ਗਿਆ, ਇੰਨਾ ਸਵੈਲਡ ਹੋ ਗਿਆ, ਨਾ ਇਹ ਤੋਂ ਤੁਰਿਆ ਜਾਂਦਾ, ਨਾ ਇਹਨੇ ਕੁਛ ਖਾਧਾ ਸਵੇਰ ਦੀ, ਨੇ ਬਹੁਤ ਪਰੇਸ਼ਾਨ ਆ ਬਹੁਤ ਜ਼ਿਆਦਾ। ਦਵਾਈ ਵੀ ਦਿੱਤੀ ਆ, ਹੁਣ ਇਹਦੇ ਦੋ ਦੋ ਘੰਟੇ ਬਾਅਦ ਸੇਕ ਦਿੰਦਾ ਹੈ, ਪਾਣੀ ਦੀ ਟਕੋਰ ਕਰੀ, ਨਿੰਮ ਦੀ ਟਕੋਰ ਕਰੀ, ਬਹੁਤ ਚੀਜ਼ਾਂ ਡਾਕਟਰ ਨੂੰ ਬੁਲਾਇਆ। ਆਈ ਡੋਂਟ ਨੋ, ਵੀ ਮੈਨੂੰ ਤਾਂ ਖੁਦ ਨਹੀਂ ਸਮਝ ਆ ਰਿਹਾ ਵੀ ਇਹ ਹੋਇਆ ਤਾਂ ਹੋਇਆ ਕਿੱਦਾਂ ਇਹਨੂੰ ਯਾਰ, ਨਾ ਤਾਂ ਇਹ ਬਾਹਰ ਜਾਂਦੀ ਹੈ, ਆਪਣੇ ਬੱਚਿਆਂ ਨਾਲ ਇੰਨੀ ਸਾਫ਼ ਸਫਾਈ ਦਾ ਧਿਆਨ ਰੱਖਿਆ ਜਾਂਦਾ, ਡੇਲੀ ਇਹਨਾਂ ਦੇ ਕੱਪੜੇ ਚੇਂਜ ਕਰਦਾ ਹੈ, ਸਾਰਾ ਕੁਛ। ਨਹੀਂ ਮੇਰੇ ਬੇਟੇ ਨੂੰ ਕੀ ਹੋ ਗਿਆ, ਕਿੰਨੀ ਨਜ਼ਰ ਲੱਗ ਗਈ ਮੇਰੇ ਪੁੱਤ ਨੂੰ ਕਿਸੇ ਦੀ, ਹੈ ਡੋਡੋ ਠੀਕ ਹੋ ਜਾਊਗਾ ਪੁੱਤ, ਉਹ ਛੇਤੀ ਠੀਕ ਹੋ ਜਾਊਗਾ, ਤੂੰ ਟੈਨਸ਼ਨ ਨਾ ਲਈ, ਮੈਂ ਹੈਗਾ ਤੇਰੇ ਨਾਲ, ਹੈ ਕੋਈ ਗੱਲ ਨਹੀਂ ਮੇਰੇ ਬੱਚੇ, ਇੰਨਾ ਕੁ ਦੁੱਖ ਲਿਖਿਆ ਹੋਇਆ ਕਿਸਮਤ 'ਚ ਆਪਣੇ, ਤਾਂ ਆਪਾਂ ਨੂੰ ਫੇਸ ਕਰਨਾ ਪੈਣਾ, ਤੂੰ ਬਹੁਤ ਛੇਤੀ ਠੀਕ ਹੋਊਗਾ, ਬਾਬਾ ਜੀ ਦੇਖੀ, ਬਾਬਾ ਜੀ ਦਾ ਤੂੰ ਬਹੁਤ ਪਿਆਰਾ ਬੱਚਾ ਹੈ ਨਾ, ਤਾਂ ਹੀ ਕਹਿੰਦੇ ਹੁੰਦੇ ਪੁੱਤ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ, ਆਪਾਂ ਤਾਂ ਫਿਰ ਵੀ ਭੋਲੇ ਭਾਲੇ ਜਿਹੇ ਇਨਸਾਨ ਆ, ਬੇਜਵਾਨ ਜੀ ਆ।